ਹੈਲੋ एवरीवन वेलकम टू श्री शोकेट्स यो स्टोरी बिकम्स ईज यो ਤਾਂ ਹੁਣ ਇਹਨੇ ਦੀ ਅਫੀਸ਼ੀਅਲ ਵੈਬਸਾਈਟ ਤੇ ਇੱਕ ਨਵੀਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਜੋ ਕਿ ਮੈਰੀਟੋਰੀਅਸ ਸਕੂਲਸ ਦੇ ਵਿੱਚ ਐਡਮਿਸ਼ਨ ਦੇ ਰਿਕਾਰਡਿੰਗੇ ਨੋਟਿਸ ਅਗਰ ਤਾਂ ਦੇਖ ਲਿਆ ਜੀ ਕਿ ਨੋਟਿਸ ਹੈ ਸਭ ਤੋਂ ਪਹਿਲਾਂ ਬਤਨ ਮੈਰੀਟੋਰੀਅਸ ਸਕੂਲ ਦੇ ਵਿੱਚ 10 ਦਵਾ ਉਹਨਾਂ ਬਾਰੇ ਦੱਸ ਦਵਾ ਤਾਂ ਮੈਰੀਟੋਰੀਅਸ ਸਕੂਲ ਆਪਣੇ ਪੰਜਾਬ ਦੇ ਵਿੱਚ 10 ਸਕੂਲ ਹੈ ਜਿੱਥੇ ਟੋਪ ਮੋਸਟ ਜਿਹੜੀ ਡਿਫਿਕਲਟੀ ਹੈਗੀ ਐ ਅੱਛੀ ਫੈਕਿਲਿਟੀ ਜਿਹੜੀ ਟੀਚ ਕਰਦੇ ਆ ਤੇ ਪੂਰੇ ਪੰਜਾਬ ਦੇ ਜਿਹੜੇ ਮੈਰੀਟੋਰੀਅਸ ਸਟੂਡੈਂਟਸ ਹੈਗੇ ਆ ਯਾਨੀ ਕਿ ਬਹੁਤ ਹੀ ਅੱچھے ਸਟੂਡੈਂਟਸ ਹੈਗੇ ਆ ਉਹ ਉੱਥੇ ਜਿਹੜੇ ਆ ਉਹਨਾਂ ਨੂੰ ਪੜਨ ਦਾ ਮੌਕਾ ਮਿਲਦਾ ਇਸ ਲਈ ਇਹਨਾਂ ਸਕੂਲ ਦਾ ਨਾਮ ਵੀ ਮੈਰੀਟੋਰੀਅਸ ਸਕੂਲ ਹੈਗਾ ਜੀ ਤੇ ਇਸ ਦੇ ਵਿੱਚ ਐਡਮਿਸ਼ਨ ਦਾ ਇੱਕ ਨਵਾਂ ਮੌਕਾ ਜਾਰੀ ਕੀਤਾ ਗਿਆ 9th اور 10th کلاس دی ایڈمیشن جڑی ہے ਤਲਵਾੜਾ ਦੇ ਵਿੱਚ ਹੀ ਹੋएगी ਤਲਵਾੜਾ हैज ऑलरेडी बीन ਪਬਲਿਸ਼ਡ ਇ ਨਿਊਜ਼ਪੇਪਰ 50 ਸੀਟਸ ਹੈਗੇ ਨੇ ਜੇ 9th اور 10th ਦੇ ਵਿੱਚ ایڈمیشن ਲੈਣ ਲਈ एट ایم ایس ਤਲਵਾੜਾ ਵਿਰ ઓਨਲੀ ਗਰਲਸ ਸਟੂਡੈਂਟਸ ਕੈਨ ਅਪਲਾਈ ਐਸ ਦਾ ਸਕੂਲ ਇਜ਼ ਮੈਂਟ ਫॉर ਓਨਲੀ ਗਰਲਸ ਦਾ ਗਰਲ ਸਕੂਲ ਹੈਗਾ ਜੀ ਗਰਲਸ ਅਪਲਾਈ ਕਰ ਸਕਦੀਆਂ ਨੇ 9th اور 10th ਦੇ ਲਈ ਈਚ ਦੇ ਵਿੱਚ ਯਾਨੀ ਕਿ 9th ਦੇ ਵਿੱਚ ਵੀ 50 ਸੀਟਸ ਹੈ ਔਰ 10th ਦੇ ਵਿੱਚ ਵੀ 50 ਸੀਟਸ ਹੈਗੇ ਰਜਿਸਟ੍ਰੇਸ਼ਨ ਜਿਹੜੀ ਆਲਰੇਡੀ ਸਟਾਰਟ ਹੋ ਚੁੱਕੀ ਹੈ ਮੈਂ ਤੁਹਾਨੂੰ ਦੱਸਾਂਗੀ ਵੀ ਰਜਿਸਟ੍ਰੇਸ਼ਨ ਕਿੱਦਾਂ ਕਰਨੀ ਹੈ ਹੋ ਚੁੱਕੀ ਐਡਮਿਸ਼ਨ ਨੋਟਿਸ ਜਿਹੜਾ ਜਾਰੀ ਕੀਤਾ ਗਿਆ 9 ਮਾਰਚ ਤੋਂ ਲੈ ਕੇ 31 ਮਾਰਚ ਤੱਕ ਜਿਹੜੀ ਐਡਮਿਸ਼ਨ ਓਪਨ ਹੈਗੀ ਕਿੱਥੇ ਜੀ 10 ਸਕੂਲਾਂ ਦੇ ਵਿੱਚ 9th ਵਾਲੀ ਓਨਲੀ ਤਲਵੜਾ ਦੇ ਵਿੱਚ ਹੈ ਪ੍ਰਸਨਲ ਪਲਸ 2 ਦੇ ਲਈ 10 ਸਕੂਲਾਂ ਦੇ ਵਿੱਚ ਹੈ ਅੰਬੀਸਰ ਬਠਿੰਡਾ ਫਿਰੋਜ਼ਪੁਰ ਗੁਰਦਾਸਪੁਰ ਜਲੰਧਰ ਲੁਧਿਆਣਾ ਮੋਹਾਲੀ ਪਟਿਆਲਾ ਸੰਗਰੂਰ ਐਂਡ ਤਲਵਾਰਾ ਤਾਂ ਇਹ 10 ਜਿਹੜੇ ਮੈਰਿਟੋਰੀਅਸ ਸਕੂਲ ਦੇ ਵਿੱਚ 11th ਤੇ +2 ਦੇ ਲਈ ਯਾਨੀ 12th ਸਟੈਂਡਰਡ ਦੇ ਲਈ ਐਡਮਿਸ਼ਨ ਜਿਹੜੀ ਆਪਨ ਹੋ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਉੱਥੇ ਜਿਹੜਾ ਹੈ ਕਿਉਂਕਿ ਜਿਹੜੇ ਮੈਰਿਟੋਰੀਅਸ ਸਕੂਲ ਦੇ ਵਿੱਚ ਸਟੂਡੈਂਟਸ ਪੜ੍ਹਦੇ ਆ ਜੀ ਉਹਨਾਂ ਨੇ ਉੱਥੇ ਹੀ ਰਹਿਣਾ ਹੁੰਦਾ ਬੋਰਡਿੰਗ ਫੈਸਿਲਿਟੀ ਰੋਜ਼ਿੰਗ ਫੈਸਿਲਿਟੀ ਸਾਰੀ ਉੱਥੇ ਅਵੇਲੇਬਲ ਹੈਗੀ ਹੈ ਮੱਕਾ ਨੇ ਦਿੱਤਾ ਹੈ ਕਿ ਜਿਹੜੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਪੜ੍ਹੇ ਆ ਗਵਰਨਮੈਂ ਗਵਰਨਮੈਂਟ ਐਡਿਟ ਸਕੂਲ ਹੈ ਅਦਰਸ਼ ਮਾਡਲ ਸਕੂਲ ਹੈ ਜਾਂ ਦਸ਼ਮੇਸ਼ ਗੋਲ ਸੀਨੀਅਰ ਸਕੂਲ ਅਤੇ ਤੇ ਸਕੂਲ ਦਿੱਤੇ ਹੋਏ ਹਨ ਤੇ ਨਾਲ ਹੀ ਦਿੱਤਾ ਹੈ ਕਿ ਉਹਨਾਂ ਨੇ 10th ਦੇ ਵਿੱਚ 70% ਮਾਰਕਸ ਉਹਨਾਂ ਕੋਲ ਹੋਣੇ ਚਾਹੀਦੇ ਹਨ ਇਨ ਜਨਰਲ ਕੈਟਾਗਰੀ ਐਂਡ 65% ਮਾਰਕਸ ਫੋਰ ਰਿਜ਼ਰਵ ਕੈਟਾਗਰੀ ਤਾਂ ਇੱਥੇ ਜਿਹੜਾ ਹੈਗਾ ਉਹ ਹੋਏਗਾ ਤੇ ਉਸ ਤੋਂ ਬਾਅਦ ਐਡਮਿਸ਼ਨ ਲੈਣ ਲਈ ਇੱਕ ਐਡਮਿਟਰੈਂਸ ਐਗਜ਼ਾਮ ਹੁੰਦਾ ਜਿਸ ਦੇ ਵਿੱਚ ਐਂਟਰੈਂਸ ਐਗਜ਼ਾਮ ਪਾਸ ਕਰਨਾ ਹੁੰਦਾ ਫਿਰ ਇੱਥੇ ਐਡਮਿਸ਼ਨ ਹੁੰਦੀ ਹੈ ਇਮਤਿਹਾਨ ਹੋਏਗਾ ਇਹਦੇ ਵਿੱਚ ਐਗਜ਼ਾਮ ਹੋਣਾ ਹੈਗਾ ਇੱਕ ਐਂਟਰੈਂਸ ਐਗਜ਼ਾਮ ਉਹਦੇ ਵਿੱਚ ਕਿਸ ਤਰ੍ਹਾਂ ਦੇ ਸਬਜੈਕਟ ਕਿੰਨੇ ਮਾਰਕਸ ਦਾ ਐਗਜ਼ਾਮ ਬਰੀ ਦੂੰਗੇ ਉਸ ਤੋਂ ਪਹਿਲਾਂ ਆਪਾਂ ਇਸ ਨੋਟਿਸ ਦੇ ਵਿੱਚ ਨੈਕਸਟ ਪੈਰਾਗ੍ਰਾਫ ਦੇਖ ਲੈਣਾ ਕਿ ਆਹ ਜਿਹੜਾ ਪੈਰਾਗ੍ਰਾਫ ਦਿੱਤਾ ਹੋਇਆ ਇਹ ਦਿੱਤਾ ਹੋਇਆ ਜੀ ਕਿ ਜਿਹੜੀ ਹੈਗੀ ਹੈ ਰਿਜ਼ਰਵੇਸ਼ਨ ਜਿਹੜੀ ਰਹੇਗੀ 10% ਕਿਸ ਚੀਜ਼ ਲਈ ਰਿਜ਼ਰਵੇਸ਼ਨ ਰਹੇਗੀ ਅਲੱਗ-ਅਲੱਗ ਕੈਂਡੀਡੇਟਸ ਲਈ ਰਿਜ਼ਰਵੇਸ਼ਨ ਹੁੰਦੀ ਹੈ ਉਸ ਨੂੰ ਡਿਟੇਲ ਦੇ ਵਿੱਚ ਤੁਸੀਂ ਦੇਖ ਲਿਓ ਉਸ ਤੋਂ ਬਾਅਦ 4600 ਸੀਟਸ ਜਿਹੜੀਆਂ ਇਹਨਾਂ ਨੇ ਬੋਲਿਆ ਕਿ ਹੈਗੀਆਂ ਇਨ 10 ਮੀਟੋਰੀ ਸਕੂਲ ਦੇ ਵਿੱਚ ਕਿੰਨੀਆਂ ਸੀਟਾਂ ਨੇ 4600 ਜਿਹੜੀ ਸੀਟਾਂ ਹੈਗੀਆਂ 3:60:40 ਰੇਸ਼ੋ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਐਡਮਿਸ਼ਨ ਕੀਤੀ ਜਾਏਗੀ ਹਾਂ ਜੀ ਉਹਨਾਂ ਨੇ ਨਾਲ ਹੀ ਇੱਥੇ 7th ਪੁਆਇੰਟ ਵਿੱਚ ਦਿੱਤੇ ਕਿ ਅਗਰ ਕੋਈ ਸਟੂਡੈਂਟ ਹੈਗਾ ਜਿਸਨੇ 2020-2021 ਸੈਸ਼ਨ ਦੇ ਵਿੱਚ 11th ਸਟੈਂਡਰਡ ਦੇ ਵਿੱਚ ਜਿਹੜਾ ਐਡਮਿਸ਼ਨ ਲਈਤੀ ਸੀ ਲੇਕਿਨ ਉਸ ਨੂੰ ਐਨਰੋਲ ਕੀਤਾ ਸੀਗਾ ਲੇਕਿਨ ਅਗਰ ਅੱਗੇ ਐਡਮਿਸ਼ਨ ਨਹੀਂ ਲੈ ਪਾਇਆ ਜਾਂ ਉਸ ਦੇ ਵਿੱਚ ਅੱਗੇ ਕੰਟੀਨਿਊ ਨਹੀਂ ਕਰ ਪਾਇਆ ਜਾਂ ਅਵੇਲਿੰਗ ਕਰ ਪਾਇਆ ਇਸ ਓਪਰਚ्युनिटी ਨੂੰ ਐਡਮਿਸ਼ਨ ਨੂੰ ਤੋਂ ਨੈਕਸਟ ਟਾਈਮ ਕਿਉਂਕਿ ਕੋਵਿਡ-19 ਕਰਕੇ ਤਾਂ ਨੈਕਸਟ ਟਾਈਮ ਜਿਹੜਾ ਹੈ ਉਹ 11th ਦੇ ਵਿੱਚ ਵੀ ਲੈ ਸਕਦੇ ਜਾਂ ਫਿਰ 12th ਦੇ ਵਿੱਚ ਵੀ ਲੈ ਸਕਦੇ ਆਪਣੀ ਐਡਮਿਸ਼ਨ ਇਵਨ ਆਪਟ ਫੋਰ 12th ਕਲਾਸ ਨਾਓ ਇਫ ਰੈਲੇਵੈਂਟ ਸਟ ਇੰਟਰਨੈਸ਼ਨਲ ਸਟੂਡੈਂਟਸ ਨੇ ਹੂ ਆਪਟਡ ਟੂ ਗੈਟ ਐਡਮਿਸ਼ਨ ਇਨ ਦਾ ਮੈਟਰੋ ਸਕੂਲ ਤਲਵਾੜਾ ਇਨ 9th ਕਲਾਸ ਫਰਮ ਦਾ ਸੈਸ਼ਨ 2021 ਲਾਈਕ ਤੁਸੀਂ ਪਿਛਲੇ ਵੀ ਇੱਕ ਦੇ ਸੈਸ਼ਨ ਦੇ ਵਿੱਚ 9th ਕਲਾਸ ਵਿੱਚ ਐਡਮਿਸ਼ਨ ਲੈਣ ਲਈ ਐਨਰੋਲ ਕੀਤਾ ਸੀਗਾ ਬਟ ਨਹੀਂ ਲੈ ਪਾਈ ਤਾਂ ਇਸ ਵਾਰ ਤੁਸੀਂ 9th ਕਲਾਸ ਲਈ ਵੀ ਐਨਰੋਲ ਕਰ ਸਕਦੇ ਹੋ 10th ਲਈ ਵੀ ਐਨਰੋਲ ਕਰ ਸਕਦੇ ਹੋ ਸੇਮ ਇਨ ਦਾ ਕੇਸ ਆਫ 11th ਕਲਾਸ ਹੈ ਤੇ ਇਟ ਇਜ਼ ਇਹਨਾਂ ਨੇ ਦਿੱਤੇ ਬਾਕੀ ਉਹਨਾਂ ਕੀ ਹੋਵੇ ਤੁਹਾਨੂੰ ਫਰਦਰ ਡਿਟੇਲ ਜਾਂ ਕੋਈ ਇਨਫੋਰਮੇਸ਼ਨ ਲੈਣੀ ਹੈ ਤਾਂ ਉਹਨਾਂ ਦੀ ਵੈਬਸਾਈਟ ssa-punjab.org ਤੋਂ ਲੈ ਸਕਦੇ ਹੋ ਜਾਂ ਫਿਰ ਤੁਸੀਂ ਆ ਨੰਬਰ ਇਹਨਾਂ ਨੇ ਦਿੱਤਾ ਹੈਗਾ ਇੱਥੇ ਤੁਸੀਂ 9 ਤੋਂ 5 ਵਜੇ ਤੱਕ ਕਾਲ ਕਰਕੇ ਇੱਥੇ ਕੋਈ ਵੀ ਜੜੀ ਜਾਣਕਾਰੀ ਹੋ ਲੈ ਸਕਦੇ ਹੋ ਹੁਣ ਆਪਾਂ ਤੁਹਾਨੂੰ ਐਂਟ੍ਰੈਂਸ ਐਗਜ਼ਾਮ ਬਾਰੇ ਦੱਸ ਦਿੰਨੇ ਹਾਂ ਡਿਟੇਲ ਦੇ ਵਿੱਚ ਹਾਂ ਜੀ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦਾ ਡਿਊਰੇਸ਼ਨ ਆਫ ਦਾ ਇਕੁਏਸ਼ਨ ਪੇਪਰ ਕੁਐਸਚਨ ਪੇਪਰ ਦਾ ਜਿਹੜਾ ਸ਼ੈਲ ਬੀ 2 ਆਵਰਸ 2 ਘੰਟੇ ਦਾ ਥੋੜਾ ਕੁਐਸਚਨ ਪੇਪਰ ਹੋਏਗਾ ਯਾਨੀ ਕਿ ਪੇਪਰ ਹੋਏਗਾ ਵਿਦ 100 ਮਾਰਕਸ 100 ਨੰਬਰ ਦਾ ਟੋਟਲ ਪੇਪਰ ਹੋਏਗਾ ਸਬਜੈਕਟ ਕਿ ਰਹਿਣਗੇ ਇੰਗਲਿਸ਼ ਸਾਇੰਸ ਤੇ ਮੈਥ ਇਹ ਤਿੰਨ ਸਬਜੈਕਟ ਰਹਿਣਗੇ ਆਫ 8th ਸਟੈਂਡਰਡ ਕਲਾਸ ਸਟੈਂਡਰਡ ਦੇ ਅਗਰ ਤੁਹਾਨੂੰ 9th ਦੇ ਵਿੱਚ ਐਡਮਿਸ਼ਨ ਲੈਣੀ ਹੈ ਤਾਂ 8th ਦੇ ਇੰਗਲਿਸ਼ ਸਾਇੰਸ ਔਰ ਮੈਥ ਦਾ ਟੈਸਟ ਹੋਏਗਾ ਇਨ ਐਮਐਸ ਤਲਵਾੜਾ ਦੇ ਵਿੱਚ ਇੰਗਲਿਸ਼ ਹੋਏਗੀ 3 ਨੰਬਰ ਦੀ ਸਾਇੰਸ ਤੇ ਮੈਥ ਹੋਣਗੇ 35 35 ਨੰਬਰ ਦੇ ਐਂਡ ਮੈਟ੍ਰਿਕুলেਸ਼ਨ ਸਟੈਂਡਰਡ ਤੇ 10th ਦਾ ਜਿਹੜਾ ਹੈਗਾ ਉਹ 30 35 35 ਮਾਰਕਸ ਦਾ ਸੀ ਇਨ ਸਬਜੈਕਟਸ ਇਦਾਂ ਹੀ 30 35 35 ਮਾਰਕਸ ਦੇ ਆਉਣਗੇ 11th ਕਲਾਸ ਵਿੱਚ ਐਡਮਿਸ਼ਨ ਲੈਣ ਲਈ ਲਾਈਕ ਅਗਰ ਤੁਸੀਂ 9th ਕਲਾਸ 'ਚ ਐਡਮਿਸ਼ਨ ਲੈਣੀ ਆ ਤਾਂ 8ਵੇਂ ਦੇ ਇੰਗਲਿਸ਼ ਸਾਇੰਸ ਤੇ ਮੈਥ ਦਾ ਟੈਸਟ ਥੋੜਾ ਹੋਏਗਾ ਅਗਰ ਤੁਹਾਨੂੰ 11th ਕਲਾਸ ਦੇ ਵਿੱਚ ਐਡਮਿਸ਼ਨ ਲੈਣੀ ਹੈ ਤਾਂ ਤੁਹਾਡਾ 10th ਦੇ ਵਿੱਚੋਂ ਇੰਗਲਿਸ਼ ਸਾਇੰਸ ਤੇ ਮੈਥ ਦਾ ਪੇਪਰ ਹੋਏਗਾ ਇੰਗਲਿਸ਼ 3 ਨੰਬਰ ਦੀ ਆਏਗੀ ਸਾਇੰਸ the passing marks on admission to all classes shall be 33% in each part and 50% aggregate that means on english yani ki 30 number de hai science 35 number math 35 number ik ik subject de vichon 33% number lene ne naal hi aggregate score de vichon thonne 50% number vi lene ne matlab tusi score de that means score de vich vi 50 jehde hai number aune chahide hai te naal har ik subject de vichon 33% naal tusi pass honi chahide ho tadi tusi is de vich eligible honge ਹਾਂਜੀ ਇਸ ਦੇ ਵਿੱਚ 7 ਪੁਆਇੰਟ ਹੈਗਾ ਅਗੇ ਤਾਂ ਅਨਸਰ ਸ਼ੀਟਸ ਵਿਲ ਬੀ ਇਨ OMR ਸ਼ੀਟ ਮਤਲਬ OMR ਦੇ ਵਿੱਚ ਜਿਹੜੇ ਹੈ MCQ ਫਾਰਮ ਦੇ ਵਿੱਚ ਤੁਹਾਡੇ ਕੋਲੇ ਕੁਐਸਚਨ ਪੇਪਰ ਆਏਗਾ ਫਾਰਮ ਵਿਚ ਕੈਨ ਬੀ ਅਰੇਂਜਡ অর ਪ੍ਰਿੰਟਡ ਬਾਈ ਪੰਜਾਬ ਬੋਰਡ ਸਕੂਲ এডਿਕੇਸ਼ਨ ਬੋਰਡ ਤੇ ਜਿਹੜੇ ਇਸ ਦੇ ਲਈ ਅਪਲਾਈ ਕਰਨਾ ਤੁਸੀਂ ਤਾਂ ਐਪਲੀਕੇਸ਼ਨ ਫਾਰਮ ਦੀ ਫੀਸ ਹੈ ਉਹ ਹੈਗੀ ਹੈ ਜੀ 150 ਰੁਪਈਆ ਤਾਂ 150 ਰੁਪਈਆ ਦਾ ਐਪਲੀਕੇਸ਼ਨ ਫਾਰਮ ਹੋਏਗਾ ਹੁਣ ਆਪਾਂ ਜਿਹੜੀ ਤੁਹਾਨੂੰ ਇਸ ਦੇ ਵਿੱਚ ਡਿਟੇਲ ਮੈਂ ਤੁਹਾਨੂੰ ਦੇ ਚੁੱਕਿਆ ਪੇਪਰ ਕਿਵੇਂ ਤੁਹਾਨੂੰ ਕਰਨਾ ਹੈ ਸਾਇੰਸ ਮੈਥ অর ਇੰਗਲਿਸ਼ ਤਿੰਨ ਸਬਜੈਕਟ ਆਉਣਗੇ ਇੰਗਲਿਸ਼ 3 ਨੰਬਰ ਦੇ ਅਗਰ ਤੁਸੀਂ 11ਵਾਂ ਦੇ ਵਿੱਚ ਐਡਮਿਸ਼ਨ ਲੈਣੀ ਹੈ ਤਾਂ 10ਥ ਦਾ ਜਿਹੜਾ ਸਿਲੇਬਸ ਰਹੇਗਾ ਅਗਰ 12ਵਾਂ ਦੇ ਵਿੱਚ ਐਡਮਿਸ਼ਨ ਲੈਣੀ ਹੈ ਤਾਂ 11th ਸਟੈਂਡਰਡ ਦਾ ਜਿਹੜਾ ਹੈ ਥੋੜਾ ਰਹੇਗਾ ਸਿਲੇਬਸ 33% ਹਰ ਇੱਕ ਸਬਜੈਕਟ ਦੇ ਵਿੱਚੋਂ ਤੁਸੀਂ ਲੈ ਕੇ ਪਾਸ ਹੋਣਾ ਤੇ ਨਾਲ ਹੀ ਤੁਹਾਡਾ ਐਗਰੀਗੇਟ 50% ਦਾ ਹੋਣਾ ਚਾਹੀਦਾ ਹੈ 2 ਘੰਟੇ ਦਾ ਪੇਪਰ ਹੋਏਗਾ ਟੋਟਲ 100 ਨੰਬਰ ਦਾ ਇੱਥੇ ਪੇਪਰ ਹੋਏਗਾ 150 ਜਿਹੜੇ ਹੈਗੇ ਉਹ ਫੀਸ ਹੈਗੀ ਅਪਲਾਈ ਕਰਨ ਦੀ ਹੁਣ ਅਪਲਾਈ ਕਿੱਦਾਂ ਕਰਨਾ ਜੀ ਆਪਾਂ ਉਹ ਵੀ ਦੇਖ ਲੈਨੇ ਹਾਂ ਹਾਂਜੀ ਆਪਾਂ SSC ਦੀ ਆਫੀਸ਼ੀਅਲ ਵੈਬਸਾਈਟ ਤੇ ਆ ਚੁੱਕੇ ਹਾਂ ਇੱਥੇ ਤੁਸੀਂ ਦੇਖ ਸਕਦੇ ਹੋ ਉ ਜਿਵੇਂ ਆਪਾਂ ਇਸ ਤੇ ਕਲਿੱਕ ਕਰਦੇ ਤਾਂ ਇਸ ਤਰ੍ਹਾਂ ਦਾ ਇੰਟਰਫੇਸ ਓਪਨ ਹੁੰਦਾ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਐਡਮਿਸ਼ਨ ਸੈਸ਼ਨ ਜਿਹੜਾ ਹੈ ਉਹ 21/22 ਹੀ ਸ਼ੋ ਹੋ ਰਿਹਾ ਤੇ ਇਸ ਦੇ ਵਿੱਚ ਤੁਸੀਂ ਜਿਹੜੀ ਵੀ ਕਲਾਸ ਲਈ ਰਜਿਸਟ੍ਰੇਸ਼ਨ ਕਰਨੀ ਹੈ ਦੇਖੋ 사이ਟ ਤੇ ਇੱਥੇ ਰਜਿਸਟ੍ਰੇਸ਼ਨ ਫਾਰ ਕਲਾਸ 9th 10th 11th ਐਂਡ 12th ਸਟੈਂਡਰਡ ਲਈ ਤੁਸੀਂ ਐਡਮਿਸ਼ਨ ਜਿਹੜੀ ਵੀ ਕਲਾਸ ਚ ਕਰਨੀ ਹੈ ਇੱਥੇ ਲਿੰਕ ਤੇ ਕਲਿੱਕ ਕਰਕੇ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹੋ ਤਾਂ ਇਸ ਤਰ੍ਹਾਂ ਤੁਸੀਂ ਐਡਮਿਸ਼ਨ ਲਈ ਅਪਲਾਈ ਕਰਨਾ ਹੈ ਪੇਪਰ ਬਾਰੇ ਸਾਰੀ ਡੀਟੇਲ ਮੈਂ ਤੁਹਾਨੂੰ ਦੱਸ ਚੁੱਕੀਆਂ ਰਜਿਸਟ੍ਰੇਸ਼ਨ ਜਿਹੜੀ ਆ ਔਨਲਾਈਨ ਹੋਏਗੀ ਪੇਪਰ ਤੇ ਇਹ ਹੈਗਾ ਉਥੇ ਬੋਰਡਿੰਗ ਜਿਹੜੀ ਹੈਗੀ ਉਹ ਫ੍ਰੀ ਹੁੰਦੀ ਹੈ ਜਿਉਂਥੇ ਮਤਲਬ ਉਥੇ ਰਹਿਣਾ ਜਿਹੜਾ ਹੈਗਾ ਉਹ ਤੁਹਾਨੂੰ ਮਿਲਦਾ ਹੈਗਾ ਕੁਝ ਜਿਹੜੇ ਸਕੂਲਸ ਹੈਗੇ ਆ ਉਥੇ ਉਹਨਾਂ ਨੇ ਮੈਂਸ਼ਨ ਕੀਤੇ ਹੋਏ ਆ ਤੁਸੀਂ ਲੈਟਰ ਦੇ ਵਿੱਚ ਦੇਖ ਹੀ ਸਕਦੇ ਹੋ ਮੈਂ ਤੁਹਾਨੂੰ ਸ਼ੋ ਹੀ ਕੀਤਾ ਸੀਗਾ ਕਿ ਜਿਹੜੇ ਇਹਨਾਂ ਸਕੂਲਸ ਦੇ ਵਿੱਚ ਕੈਂਡੀਡੇਟਸ ਹੁੰਦੇ ਹੈਗੇ ਉਹਨਾਂ ਨੂੰ ਉਥੇ ਬੋਰਡਿੰਗ ਜਿਹੜੀ ਹੈ ਫ੍ਰੀ ਮਿਲਦੀ ਹੈ ਇਹ ਸੀਗੀ ਜੀ ਇਨਫੋਰਮੇਸ਼ਨ ਆਈ ਹੋਪ ਤੁਹਾਨੂੰ ਜਿਹੜੀ 유ਸਫੁਲ ਰਹੀ ਹੋਏਗੀ ਜਿਹੜੇ ਵੀ ਕੈਂਡੀਡੇਟਸ ਹੈਗੇ ਆ ਅੱਛੇ ਸਟੂਡੈਂਟਸ ਹੈਗੇ ਮੈਰੀਟੋਰੀਅਸ ਸਟੂਡੈਂਟਸ ਹੈਗੇ ਤੇ ਨਾਲ ਹੀ ਉਹ ਅਗਰ ਕਿਸੇ ਨੂੰ ਜਿਹੜਾ ਹੈ ਫੈਮਿਲੀ ਤੋਂ ਵੀ ਅਗਰ ਕੋਈ ਪ੍ਰੋਬਲਮ ਹੈਗੀ ਆ ਉਹ ਨਹੀਂ ਕਰ ਸਕਦਾ ਇਨੀ ਅਫੋਰਡ ਜਿਹੜੀ ਐਜੂਕੇਸ਼ਨ ਹੈ ਤਾਂ ਉਹਨੂੰ ਤਾਂ ਜ਼ਰੂਰ ਇੱਥੇ ਜਾਣਾ ਚਾਹੀਦਾ ਕਿਉਂਕਿ ਸਕੂਲ ਬਹੁਤ ਹੀ ਵਧੀਆ ਨੇ ਬਾਕੀ ਕੋਈ ਇੰਟੈਲੀਜੈਂਟ ਸਟੂਡੈਂਟ ਹੈਗਾ ਤਾਂ ਉਸਨੂੰ ਵੀ ਜ਼ਰੂਰ ਅਪਲਾਈ ਕਰਨਾ ਚਾਹੀਦਾ ਕਿ ਸਕੂਲਸ ਬਹੁਤ ਅੱਛੇ ਹੁੰਦੇ ਆ ਇੱਥੇ ਜਿਹੜੀ ਸਟੱਡੀ ਉਹ ਵੀ ਬਹੁਤ ਅੱਛੀ ਹੁੰਦੀ ਹੈ ਤਾਂ ਜ਼ਰੂਰ ਹਰ ਇੱਕ ਨੇ ਮੌਕਾ ਜਿਹੜਾ ਉਹ ਅ లై ਕਰਕੇ ਆਪਣਾ ਜਿਹੜਾ ਪੇਪਰ ਲਈ ਪ੍ਰੈਪਰੇਸ਼ਨ ਸ਼ੁਰੂ ਕਰ ਦੋ ਤੇ ਜੇ ਕਿ ਜੀ ਇਨਫੋਰਮੇਸ਼ਨ ਆਈ ਹੋਪ ਟੋ ਬੀ ਯੂਸਫੁਲ ਰਹੀ ਹੋਏਗੀ ప్లీజ్ ਵੀਡੀਓ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਜਿਸ ਨਾਲ ਤੁਹਾਨੂੰ ਆਉਣ ਵਾਲੀ ਸਾਰੀ ਲੇਟੈਸਟ ਵੀਡੀਓ ਦੀ ਅਪਡੇਟ ਟਾਈਮ ਸੇ ਤੇ ਸਭ ਤੋਂ ਪਹਿਲਾਂ ਮਿਲੇਗੀ ਇਸ ਤੋਂ ਇਲਾਵਾ ਤੁਸੀਂ ਮੈਨੂੰ ਫੇਸਬੁੱਕ ਤੇ ਟੈਲੀਗ੍ਰਾਮ ਤੇ ਵੀ ਫੋਲੋ ਕਰ ਸਕਦੇ ਹੋ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ ਆਪਾਂ Idioms aur phrases ਦੀ ਇੱਕ ਸੀਰੀਜ਼ ਜਿਹੜੀ ਫੇਸਬੁੱਕ ਤੇ ਸ਼ੁਰੂ ਕੀਤੀ ਹੋਈ ਹੈ ਅਗਰ ਤੁਸੀਂ ਆਪਣੀ ਇੰ